ਹਾਂਜੀ ਸੱਜਣੋ ਕੀ ਹਾਲ ਚਾਲ ਨੇ ਉਮੀਦ ਕਰਦਾ ਕਿ ਠੀਕ ਠਾਕ ਹੋਵੋਗੇ ਐਦਾਂ ਹੀ ਹੱਸਦੇ ਤੇ ਵਸਦੇ ਰਹੋ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਜਿਵੇਂ ਕਿ ਸਭ ਵੀਰ ਦੋਸਤ ਜਾਣਦੇ ਆ ਕਿ ਮੈਂ ਤੁਹਾਡਾ ਆਪਣਾ ਤਲਹਾ ਲੱਲੀ ਅੱਜ ਆਪਾਂ ਪਿੰਡ ਆਪਣੇ ਦਾ ਵਿਜ਼ਿਟ ਕਰਾਉਣ ਜਾ ਰਹੇ ਆ ਚੱਕ ਨੰਬਰ 234 ਨਾਈਨਾਰ ਤਹਿਸੀਲ ਫੋਟਾਬਾਸ ਲਗਦੀ ਹੈ ਜ਼ਿਲ੍ਹਾ ਬਹਾਵਲ ਨਗਰ ਹੈ ਤੇ ਪੰਜਾਬ ਪਾਕਿਸਤਾਨ ਦੇ ਵਿੱਚ ਆਂਦਾ ਹੈ ਤੇ ਇੰਡੀਆ ਦਾ ਬਾਰਡਰ ਇਹਦੇ ਤੋਂ 5 ਤੋਂ 6 ਕਿਲੋਮੀਟਰ ਦੂਰ ਹੈ ਬਾਰਡਰ ਦੇ ਉੱਤੇ ਹੀ ਹਿਸਾਬ ਲਾ ਲੋ ਕਿ ਪਿੰਡ ਹੈ ਅੱਜ ਇਹਦਾ ਵਿਜ਼ਿਟ ਕਰਾਵਾਂਗੇ ਪਹਿਲੇ ਤੁਹਾਡੇ ਨਾਲ ਇਸ ਪਿੰਡ ਦੀ ਤਾਰੀਖ ਸਾਂਝੀ ਕਰ ਲਈਏ ਵੱਡਿਆਂ ਕੋ ਸਿਆਣਿਆਂ ਕੋ ਬਜ਼ੁਰਗਾਂ ਕੋ ਸੁਣਨ ਚ ਮਿਲਿਆ ਹੈ ਕਿ 1965 ਦੀ ਤੇ 71 ਦੀ ਜੰਗ ਇਸ ਪਿੰਡ ਦੇ ਵਿੱਚ ਹੋਈ ਹੈ ਜਦੋਂ ਦੇ ਉਹ ਆਬਾਦ ਨੇ ਪਹਿਲੇ ਤੁਹਾਡੇ ਨਾਲ ਇਸ ਪਿੰਡ ਦੀ ਤਾਰੀਖ ਸਾਂਝੀ ਕਰਦੇ ਜਾਈਏ ਬਜ਼ੁਰਗਾਂ ਕੋ ਸੁਣਨ ਚ ਮਿਲਿਆ ਹੈ ਕਿ 1965 ਤੇ 1971 ਦੀ ਜੰਗ ਇਸ ਪਿੰਡ ਦੇ ਵਿੱਚ ਉਹ ਮੌਜੂਦ ਸਨ ਜਦੋਂ ਹੋਈ ਹੈ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੇ 1960 ਦੀ ਦਹਾਈ ਦੇ ਵਿੱਚ ਇਹ ਪਿੰਡ ਆਬਾਦ ਹੋਇਆ ਹੈ ਇਸ ਪਿੰਡ ਦੇ ਵਿੱਚ ਅਕਸਰiyet ਜੱਟ ਬਰਾਦਰੀ ਦੀ ਬੈਠੀ ਹੈ ਕਾਫੀ ਸਬਕਾਸ ਜਟਾਨੀਆਂ ਨੇ ਲੱਲੀ ਗੁਰਾਏ ਬੰਦੇ ਛੇ ਕਾਲੋਂ ਕੱਲੂ ਵਾਲੇ ਬੈਠੇ ਹੋਏ ਨੇ ਬੇਸਿਕਲੀ ਪਿੱਛੋਂ ਜ਼ਿਆਦਾ ਜਿਹੜੇ ਬਿਲੋਂਗ ਕਰਦੇ ਨੇ ਉਹ ਸਿਆਲਕੋਟ ਤੋਂ ਫੈਸਲਾਬਾਦ ਤੋਂ ਬਿਲੋਂਗ ਕਰਦੇ ਨੇ ਆਪਣੇ ਬਜ਼ੁਰਗਾਂ ਤੋਂ ਸੁਣਨ ਨੂੰ ਮਿਲਿਆ ਕਿ ਅਸੀਂ ਆਪਣੇ ਨਾਨਕਿਆਂ ਦੇ ਪਿੰਡ ਆਣ ਕੇ ਆਬਾਦ ਹੋਏ ਸੀ ਜਿਹੜੇ ਲੱਲੀ ਨੇ ਇਹ ਆਪਣੇ ਨਾਨਕਿਆਂ ਦੇ ਪਿੰਡ ਆਣ ਕੇ ਆਬਾਦ ਹੋਏ ਸੀ ਇਸ ਪਿੰਡ ਦੇ ਵਿੱਚ ਸਭ ਨਾਲ ਪਹਿਲਾਂ ਗੁਰਾਇਆਏ ਸੀ ਇਸ ਵਜਾ ਤੋਂ ਇਸ ਪਿੰਡ ਨੂੰ ਚੌਥੀ ਗੁਰਾਇਆਂ ਵਾਲੀ ਦੇ ਨਾਮ ਤੋਂ ਲੋਕ ਜਾਣਦੇ ਨੇ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਆ ਨਾਲੇ ਉਪਰੋਂ ਦੀ ਵੀਊ ਕਰਵਾਨੇ ਆ ਨਾਲੇ ਸਾਂਝੇ ਕਰਦੇ ਜਾਂਦੇ ਆ ਤੁਹਾਡੇ ਨਾਲ ਇਸ ਪਿੰਡ ਨੂੰ ਚੌਥੀ ਸ਼ਰੀਫ ਕਿਉਂ ਕਿਹਾ ਜਾਂਦਾ ਹੈ ਹਾਂਜੀ ਸਜਣੋ ਸਕਰੀਨ ਦੇ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਹੈ ਦਰਬਾਰ ਨਜ਼ਰ ਆ ਰਿਹਾ ਹੈ ਇਹ ਪੀਰ ਸੈਦ ਨੂਰ ਹੁਸੈਨ ਸ਼ਾਹ ਸਾਹਿਬ ਰਹਿਮਤੁੱਲਾ ਅਲਾਇਦਾ ਮਜ਼ਾਰ ਇਹਨਾਂ ਸੈਦਾਂ ਦੀ ਨਿਸਬਤ ਇਸ ਪਿੰਡ ਨੂੰ ਚੌਥੀ ਸ਼ਰੀਫ ਦੇ ਨਾਮ ਤੋਂ ਵੀ ਲੋਕ ਜਾਣਦੇ ਨੇ ਹੁਣ ਮੌਜੂਦਾ ਦੌਰ ਦੇ ਵਿੱਚ ਉਹਨਾਂ ਦੇ ਪੜਪੋਤੇ ਪੀਰ ਸੈयद ਅਲੀਮ ਹੁਸੈਨ ਖਾਨ ਸਾਹਿਬ ਗੱਦੀ ਨਸ਼ੀਨ ਨੇ ਹਰ ਸਾਲ 30 ਜੂਨ ਨੂੰ urs-e-munaqad ਹੁੰਦਾ ਹੈ ਦੂਰ ਦਰਾਜ ਤੋਂ ਲੋਕ ਇੱਥੇ ਆਨ ਕੇ ਆਪਣੀ ਹਾਜ਼ਰੀ ਲਗਵਾਉਂਦੇ ਨੇ ਇਨ੍ਹਾਂ ਪੀਰਾਂ ਇਨ੍ਹਾਂ ਸੈਦਾਂ ਦੇ ਨਿਸ਼ਬਤ ਇਸ ਪਿੰਡ ਨੂੰ ਚੌਥੀ ਸ਼ਰੀਫ ਦੇ ਨਾਮ ਤੋਂ ਵੀ ਲੋਕ ਜਾਣਦੇ ਨੇ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਜਾਈਏ ਕਿ ਇਸ ਪਿੰਡ ਦੇ ਵਿੱਚ ਕਿਹੜੀ ਬਰਾਦਰੀ ਕਿੱਥੋਂ ਬਿਲੋਂਗ ਕਰਦੀ ਏ ਲੱਲੀ ਜਿਹੜੇ ਨੇ ਮਾਨਪੁਰ ਫੈਸਲਾਬਾਦ ਤੇ ਮਾਨਪੁਰ ਸਿਆਲਕੋਟ ਤੋਂ ਬਿਲੋਂਗ ਕਰਦੇ ਨੇ ਗੁਰਾਏ ਜਿਹੜੇ ਨੇ ਪਿੱਛੋਂ ਗੁਰਾਲਾ ਅੱਤਾ ਉੱਥੋਂ ਪਿੱਛੋਂ ਬਿਲੋਂਗ ਕਰਦੇ ਨੇ ਉਧਰੋਂ ਉੱਠ ਕੇ ਇਹਨਾਂ ਪਿੰਡਾਂ ਦੇ ਵਿੱਚ ਆਬਾਦ ਹੋਏ ਨੇ ਵਾਲੇ ਜਿਹੜੇ ਨੇ ਉਹ ਫੈਸਲਾਬਾਦ ਤੋਂ ਤੇ ਕੱਲੂ ਉਹ ਵੀ ਫੈਸਲਾਬਾਦ ਤੋਂ ਬਿਲੋਂਗ ਕਰਦੇ ਨੇ ਕਾਲੋਂ ਜਿਹੜੇ ਨੇ ਉਹ ਨਾਰੋਵਾਲ ਇਨੋਆਲੀ ਤੋਂ ਬਿਲੋਂਗ ਕਰਦੇ ਨੇ ਤੇ ਸੰਧੂ ਵਾਗਾ ਬਾਰਡਰ ਲਾਹੌਰ ਤੋਂ ਬਿਲੋਂਗ ਕਰਦੇ ਨੇ ਇਹ ਆਪਣੀ ਵੀਡੀਓ ਵੇਖ ਕੇ ਕਿਨੂ ਕਿਨੂ ਆਪਣਾ ਪਿੰਡ ਯਾਦ ਆਇਆ ਹੈ ਉਹ ਵੀ ਥੱਲੇ ਕਮੈਂਟ ਲਾਜ਼ਮੀ ਕਰਿਓ ਹੁਣ ਆਪਾਂ ਪਿੰਡ ਦੇ ਦਰਮਿਆਨ ਵਾਲੇ ਬਾਜ਼ਾਰ ਦੇ ਵਿੱਚ ਇੰਟਰ ਹੋ ਗਏ ਆ ਸਿੱਧਾ ਚੌਕ 'ਚ ਜਾ ਕੇ ਨਿਕਲੇਗਾ ਮਸਜਦ ਤਾਂ ਨੂੰ ਸਾਹਮਣੇ ਨਜ਼ਰ ਆ ਰਹੀ ਹੋਣੀ ਏ ਮਸਜਦ ਤਮੀਰ ਹੋ ਰਹੀ ਏ ਡਬਲ ਸਟੋਰੀ ਉਹਦਾ ਕੰਮ جاری ਏ ਅਲhamdulillah ਕੁਝ ਕੰਪਲੀਟ ਹੋ ਗਿਆ ਏ ਕੁਝ ਕੰਮ ਜੜਾ ਉਹ ਜਾਰੀ ਹੋ ਸਾਰੀ ਏ ਜਲਦ ਕੰਪਲੀਟ ਹੋ ਜਾਵੇਗਾ ਹੁਣ ਆਪਾਂ ਪਹੁੰਚ ਆਇਆ ਚੌਕ ਦੇ ਵਿੱਚ ਚੌਂਕ ਦੇ ਵਿੱਚੋਂ ਚਾਰ ਬਾਜ਼ਾਰ ਨਿਕਲਦੇ ਨੇ ਇੱਕ ਸਾਹਮਣੇ ਜਿੱਥੇ ਆਪਾਂ ਜਾ ਰਹੇ ਆਂ ਇੱਕ ਜਿੱਥੋਂ ਆਪਾਂ ਆ ਰਹੇ ਆਂ ਇੱਕ ਐਸਾਈਡ ਤੇ ਇੱਕ ਐਸਾਈਡ ਤੇ ਹੋਰ ਇਦਾਂ ਹੀ ਹਸਦੇ ਤੇ ਵਾਸੇ ਰਹੋ ਤੇ ਨਵੀਆਂ ਵੀਡੀਓ ਵਾਸਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਨਵੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਕਹਿੰਦੇ ਆ ਪਿੰਡ ਉਹ ਤਾਂ ਯਾਦ ਹੁੰਦਾ ਜਦੋਂ ਬੰਦਾ ਇੱਥੋਂ ਦੂਰ ਜਾਂਦਾ ਏ ਪਰਦੇਸੀਆਂ ਨੂੰ ਪੁੱਛ ਕੇ ਵੇਖੋ ਪਿੰਡ ਕੀ ਚੀਜ਼ ਹੈ ਪਿੰਡ ਦੀਆਂ ਯਾਦਾਂ ਕੀ ਸ਼ੈ ਨੇ ਇਦਾਂ ਹੀ ਹੱਸਦੇ ਤੇ ਵਸਦੇ ਰਹੋ ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਅਗਰ ਆਪਣੀ ਵੀਡੀਓ ਇਹ ਅੱਛੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸਿਓ ਓਕੇ ਜੀ ਰੱਬ ਦੇ ਹਵਾਲੇ ਇਦਾਂ ਹੀ ਹੱਸਦੇ ਤੇ ਵਸਦੇ ਰਹੋ ਰੱਬ ਰਾਖਾ